ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ, ਹਰ ਰੋਜ਼ ਇਸ ਵਕਤ ਅਸੀਂ ਤੁਹਾਡੇ ਨਾਲ ਮਿਲਦੇ ਹਾਂ ਇੱਕ ਵਿਸ਼ਾ ਲੈ ਕੇ ਅਤੇ ਉਸ 'ਤੇ ਕਰਦੇ ਹਾਂ ਚਰਚਾ। ਅੱਜ ਜਿਹੜਾ ਅਸੀਂ ਵਿਸ਼ਾ ਲਿਆ, ਕੱਲ੍ਹ ਦਿੱਲੀ ਦੇ ਵਿੱਚ ਇੱਕ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਵਿੱਚ ਇੱਕ ਸੈਮੀਨਾਰ ਹੋਇਆ, ਜਿਹਦੇ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਪ੍ਰੋਫੈਸਰ ਮਨਮੋਹਨ ਸਿੰਘ ਅਤੇ ਚੀਫ ਜਸਟਿਸ ਜਿਹੜੇ ਪਿਛਲੇ ਸਾਡੇ ਜਸਟਿਸ ਖੇਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਔਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਔਰ ਅਹਲੂਵਾਲੀਆ ਜਿਹੜੀ ਫੈਮਿਲੀ ਕਪੂਰਥਲਾ ਫੈਮਿਲੀ ਦੇ ਬ੍ਰਿਗੇਡੀਅਰ ਸੁਰਜੀਤ ਸਿੰਘ ਆਦਿ ਕਾਫੀ ਲੋਕ ਸ਼ਾਮਿਲ ਹੋਏ। ਇਹ ਜਿਹੜਾ ਸੈਮੀਨਾਰ ਸੀ ਇਹ ਸੁਲਤਾਨਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਨੂੰ ਸਮਰਪਿਤ ਸੀ, ਉਹਨਾਂ ਦੀ ਲਾਈਫ ਬਾਰੇ ਇਹ ਗੱਲਾਂ ਹੋਈਆਂ ਸੀ। ਇਹ ਇਸ ਦੇ ਪਿੱਛੇ ਵੀ ਇੱਕ ਕਾਰਨ ਇਹ ਹੈ ਕਿ ਇਸ ਸਾਲ 300 ਸਾਲਾ ਮਨਾਇਆ ਜਾ ਰਿਹਾ ਹੈ ਸੁਲਤਾਨਲ ਕੌਮ ਜੱਸਾ ਸਿੰਘ ਆਹਲੂਵਾਲੀਆ ਦਾ। 3 ਮਈ 1718 ਨੂੰ ਉਹ ਪੈਦਾ ਹੋਏ ਸੀ ਔਰ 65 ਸਾਲ ਦੀ ਉਮਰ ਦੇ ਵਿੱਚ ਜਦੋਂ ਉਹ ਇਸ ਦੁਨੀਆ ਤੋਂ ਜਾਂਦੇ ਨੇ ਤਾਂ ਇਹ ਜਿਹੜਾ ਖਾਲਸਾ ਕੌਮ ਹੈ ਉਸ 'ਤੇ ਰਾਜ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਲਾ ਕੇ ਜਾਂਦੇ ਨੇ। ਇਸ ਤੋਂ ਪਹਿਲਾਂ ਵੀ 83 ਦੇ ਵਿੱਚ ਸਾਰੀ ਦੁਨੀਆ ਜਾਣਦੀ ਹੈ ਕਿ ਇਹਨਾਂ ਦੀ ਅਗਵਾਈ ਦੇ ਵਿੱਚ ਬਾਕੀ ਸਰਦਾਰ ਜਿਹੜੇ ਨਾਲ ਸੀ ਸਰਦਾਰ ਜੱਸਾ ਸਿੰਘ ਰਾਮਗੜੀਆ ਔਰ ਬਾਬਾ ਬਘੇਲ ਸਿੰਘ ਜਦੋਂ ਸਿੱਖਾਂ ਨੇ ਦਿੱਲੀ ਫਤਿਹ ਕੀਤੀ ਔਰ ਦਿੱਲੀ ਫਤਿਹ ਕਰਨ ਦੇ ਨਾਲ ਨਾਲ ਜਿਹੜੇ ਦਿੱਲੀ ਦੇ ਗੁਰਦੁਆਰਾ ਗੁਰੂ ਘਰ ਸੀ ਸਾਰੇ ਬੰਗਲਾ ਸਾਹਿਬ, ਸੀਸਗੰਜ ਸਾਹਿਬ, ਰਕਾਸਗੰਜ ਸਾਹਿਬ ਸਭ ਦੀ ਜਿਹੜੀ ਹੈ ਸੇਵਾ ਕਰਵਾਈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਸ ਸੈਮੀਨਾਰ ਦੇ ਵਿੱਚ ਹੋਈਆਂ, ਕਿਉਂਕਿ ਸਿੱਖ ਜਰਨੈਲ ਸਾਰੀ ਕੌਮ ਦੇ ਹੁੰਦੇ ਨੇ, ਕਿਸੇ ਇੱਕ ਬਰਾਦਰੀ ਦੇ ਨਹੀਂ ਹੁੰਦੇ, ਇਹ ਵੀ ਸਾਨੂੰ ਪਤਾ ਹੈ। ਸੋ ਇਸ ਸੁਲਤਾਨਲ ਕੌਮ ਦੇ ਸੁਲਤਾਨ ਦਾ 300 ਸਾਲਾ ਮਨਾਇਆ ਜਾ ਰਿਹਾ, ਕਿਵੇਂ ਸਾਨੂੰ ਮਨਾਉਣੇ ਚਾਹੀਦੇ ਨੇ ਆਪਣੇ ਜਰਨੈਲਾਂ ਦੇ ਜਨਮ ਦਿਹਾੜੇ, ਕਿਸ ਤਰ੍ਹਾਂ ਦੀ ਯਾਦਗਾਰ ਹੋਣੀ ਚਾਹੀਦੀ ਹੈ, ਇਹ ਸਾਰੀਆਂ ਗੱਲਾਂ ਵਿਚਾਰਨਯੋਗ ਨੇ। ਇਹ ਸਾਰੀਆਂ ਗੱਲਾਂ ਨੂੰ ਵਿਚਾਰਨ ਲਈ, ਇਹਨਾਂ 'ਤੇ ਚਰਚਾ ਕਰਨ ਲਈ ਅੱਜ ਅਸੀਂ ਆਪਣੇ ਸਟੂਡੀਓ ਦੇ ਵਿੱਚ ਕੁਛ ਮਾਹਰ ਵਿਦਵਾਨ ਬੁਲਾਏ ਨੇ। ਮੈਂ ਤੁਹਾਡਾ ਉਹਨਾਂ ਨਾਲ ਤਾਰਫ ਕਰਾਉਣਾ। ਮੇਰੇ ਨਾਲ ਸਿੱਖ ਇਤਿਹਾਸਕਾਰ ਪ੍ਰੋਫੈਸਰ ਸੁਖਦਿਆਲ ਸਿੰਘ ਅਤੇ ਨਾਲ ਲੋਕ ਸ਼ਾਇਰ ਕੁਲਵੰਤ ਗਰੇਵਾਲ ਬੈਠੇ ਨੇ ਔਰ ਜਿਹੜੇ ਇੰਡੀਆ ਦੇ ਆਹਲੂਵਾਲੀਆ ਬਰਾਦਰੀ ਹੈ ਉਸਦੇ ਪ੍ਰਧਾਨ ਜਗੀਰਦਾਰ ਜਸਪ੍ਰੀਤ ਸਿੰਘ ਆਹਲੂਵਾਲੀਆ, ਤੁਹਾਡਾ ਸਭ ਦਾ ਸਵਾਗਤ ਹੈ ਜੀ। ਮਿਹਰਬਾਨੀ ਪ੍ਰੋਫੈਸਰ ਸੁਖਦਿਆਲ ਸਿੰਘ ਜੀ, ਮੈਂ ਤੁਹਾਡੇ ਤੋਂ ਗੱਲ ਸ਼ੁਰੂ ਕਰਦਾ। ਤੁਸੀਂ ਇਤਿਹਾਸਕਾਰ ਹੋ, ਖਾਸ ਤੌਰ 'ਤੇ ਸਿੱਖ ਇਤਿਹਾਸ ਦੇ ਵਿੱਚ ਤੁਹਾਡੀ ਮਾਸਟਰੀ ਹੈ। ਸੁਲਤਾਨਲ ਕੌਮ ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖ ਇਤਿਹਾਸ ਦੇ ਵਿੱਚ ਕਿੱਥੇ ਲੈਂਦੇ ਹੋ, ਕਿਵੇਂ ਖੜਾਉਂਦੇ ਹੋ, ਕੀ ਦੱਸਦੇ ਹੋ? ਜੀ ਵਾਲੀਆ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਚੜ੍ਹਦੀ ਕਲਾ ਚੈਨਲ ਟੀਵੀ ਦਾ ਮਤਲਬ ਧੰਨਵਾਦ ਕਰਦਾ ਹਾਂ ਅਤੇ ਤੁਹਾਡਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪੰਥ ਦੇ ਇਤਨੇ ਵੱਡੇ ਮਹਾਨ ਜਰਨੈਲ ਨੂੰ ਯਾਦ ਕੀਤਾ, ਕਿਉਂਕਿ ਉਹਨਾਂ ਦਾ 300ਵਾਂ ਜਨਮ ਦਿਨ 2018 ਦੇ ਵਿੱਚ ਹੀ ਮਈ ਦੇ ਵਿੱਚ ਹੀ ਆ ਰਿਹਾ ਹੈ ਜੀ। ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਨਾ ਹੀ ਸਿਰਫ ਸਿੱਖਾਂ ਦੇ ਮਹਾਨ ਜਰਨੈਲ ਸਨ ਜੀ, ਨਾ ਹੀ ਸਿਰਫ ਹਿੰਦੁਸਤਾਨ ਦੇ ਮਹਾਨ ਜਰਨੈਲ ਸਨ। ਮੈਂ ਜਿੰਨੀ ਸਟੱਡੀ ਕੀਤੀ ਹੈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਤੇ ਹਿਸਟਰੀ ਆਫ ਪੰਜਾਬ ਦੀ, ਇੰਡੀਆ ਦੀ ਜਾਂ ਏਸ਼ੀਆ ਦੀ, ਜੀ ਮੇਰਾ ਖਿਆਲ ਹੈ ਕਿ ਵਿਸ਼ਵ ਦੇ ਵੱਡੇ ਜਰਨੈਲਾਂ ਦੇ ਵਿੱਚੋਂ ਉਹ ਚੌਥੇ ਜਾਂ ਪੰਜਵੇਂ ਨੰਬਰ 'ਤੇ ਆ ਸਕਦੇ ਨੇ ਜੇ ਅਸੀਂ ਦਰਜਾ ਬਦਰਜਾ ਉਹਨਾਂ ਨੂੰ ਜਰਨੈਲਾਂ ਦੇ ਬਰਾਬਰ ਇੱਕ ਕੰਪੈਰੇਟਿਵ ਸਟੱਡੀ ਕਰਕੇ ਦੇਖੀਏ ਜੀ। ਕਿਉਂਕਿ ਕਈ ਜਰਨੈਲ ਹੁੰਦੇ ਨੇ, ਈਵਨ ਨੈਪੋਲੀਅਨ ਜਿਹੜਾ ਹੈ ਫਰਾਂਸ ਦਾ ਜਿਹੜਾ ਡਿਕਟੇਟਰ ਸੀ, ਬੇਸ਼ੱਕ ਬਹੁਤ ਵੱਡਾ ਜਰਨੈਲ ਸੀ ਲੇਕਿਨ ਉਹ ਆਪਣੀ ਲਾਈਫ ਟਾਈਮ ਦੇ ਵਿੱਚ ਹੀ ਹਾਰ ਗਿਆ ਸੀ। ਤੋ ਇਹ ਗੱਲ ਨੂੰ ਤੁਸੀਂ ਯਾਦ ਰੱਖਿਓ, ਬਿਲਕੁਲ ਬਹੁਤ ਵਧੀਆ ਜਰਨੈਲ ਦੀ। ਜਾਂ ਤਾਂ ਕੋਈ ਜਰਨੈਲ ਆਪਣੀ ਜੰਗੀ ਨੀਤੀ ਦੇ ਵਿੱਚ ਹਾਰ ਜਾਂਦਾ, ਆਪਣੀ ਲਾਈਫ ਜਾਂ ਕੋਈ ਨਾ ਕੋਈ ਜੰਗ ਹਾਰ ਜਾਂਦਾ ਲੇਕਿਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਐਸੇ ਜਰਨੈਲ ਸਨ ਜਿਨ੍ਹਾਂ ਨੇ ਜਦੋਂ ਹੀ ਜਿਉਂ ਹੀ ਜੰਗ ਦੇ ਮੈਦਾਨ ਵਿੱਚ ਪੈਰ ਰੱਖਿਆ ਜੀ, ਉਦੋਂ ਤੋਂ ਲੈ ਕੇ ਆਪਣੇ ਅੰਤਿਮ ਸਮੇਂ ਤੱਕ ਇੱਕ ਵੀ ਲੜਾਈ ਨਹੀਂ ਹਾਰੀ। ਔਰ ਸਭ ਤੋਂ ਵੱਡੀ ਜਿਹੜੀ ਉਹਨਾਂ ਦੀ ਦੇਣ ਹੈ ਪੰਜਾਬ ਨੂੰ ਜੀ, ਕਿ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਅਜਿਹੇ ਸੰਕਟ ਕਾਲਾਂ ਦੇ ਵਿੱਚ ਜਦੋਂ ਏਸ਼ੀਆ ਦਾ ਇਤਨਾ ਵੱਡਾ ਜੇਤੂ ਜਰਨੈਲ ਅਹਿਮਦ ਸ਼ਾਹ ਅਬਦਾਲੀ ਦਾ ਰਾਜ ਸੀ, ਇੱਥੇ ਸਾਮਰਾਜ ਸੀ,
ਉਹਦੇ ਸਾਮਰਾਜ ਨੂੰ ਤੋੜ ਕੇ ਪੰਜਾਬ ਦੇ ਵਿੱਚ ਖਾਲਸੇ ਦਾ ਰਾਜ 1765 ਦੀ ਵਿਸਾਖੀ ਤੇ ਕਾਇਮ ਕੀਤਾ, ਡਿਕਲੇਅਰ ਕੀਤਾ ਦੁਨੀਆਂ ਦੇ ਵਿੱਚ, ਬਿਲਕੁਲ ਸਿੱਕਾ ਚਲਾਇਆ, ਪੰਥ ਦਾ ਸਿੱਕਾ ਚਲਾਇਆ, ਗੁਰੂਆਂ ਦੇ ਨਾਂ ਤੇ ਸਿੱਕਾ ਚਲਾਇਆ। ਇਹ ਕੰਟਰੀਬਿਊਸ਼ਨ ਵਾਲੀਆ ਸਾਹਿਬ ਇਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਹਿੱਸੇ ਹੀ ਆਉਂਦੀ ਹੈ। ਕਿਤਨੇ ਵੱਡੇ ਜਰਨੈਲ ਦਾ 300ਵਾਂ ਜਨਮ ਦਿਨ ਆ ਰਿਹਾ ਹੈ, ਸਾਡੀ ਸਾਰੀ ਕੌਮ ਨੂੰ ਉਲਟ ਜਾਣਾ ਚਾਹੀਦਾ ਹੈ, ਬਿਲਕੁਲ ਟੁੱਟ ਕੇ ਪੈ ਜਾਣਾ ਚਾਹੀਦਾ। ਐਡੇ ਮਹਾਨ ਜਰਨੈਲ ਦੀ ਸ਼ਤਾਬਦੀ ਨੂੰ ਮਨਾਉਣ ਲੱਗਿਆਂ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਸੈਮੀਨਾਰ ਹੋਣੇ ਚਾਹੀਦੇ ਨੇ, ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਇਹ ਯਾਦਗਾਰਾਂ ਹੋਣੀਆਂ ਚਾਹੀਦੀਆਂ ਨੇ। ਈਵਨ ਦਿੱਲੀ ਨੂੰ ਵੀ ਫਤਿਹ ਕੀਤਾ ਸੀ ਜੱਸਾ ਸਿੰਘ ਆਹਲੂਵਾਲੀਆ ਨੇ 1773 ਵਿੱਚ। ਜੀ, ਦਿੱਲੀ ਦੇ ਵਿੱਚ ਵੀ ਇੱਕ ਬਹੁਤ ਵੱਡੀ ਯਾਦਗਾਰ ਇਸ ਮਹਾਨ ਜਰਨੈਲ ਦੀ ਹੋਣੀ ਚਾਹੀਦੀ ਹੈ। ਬਿਲਕੁਲ ਠੀਕ ਹੈ ਪ੍ਰੋਫੈਸਰ ਗਜ਼ਾਲ ਸਿੰਘ, ਤੁਹਾਡੇ ਜਿਹੜੇ ਜਜ਼ਬਾਤ ਨੇ ਉਹ ਸਾਡੇ ਜਿਹੜੇ ਚੈਨਲ ਰਾਹੀਂ ਸਾਰੀ ਦੁਨੀਆ ਕੋਲ ਜਾ ਰਹੇ ਨੇ। ਇਹੀ ਸਾਡਾ ਅੱਜ ਦਾ ਜਿਹੜਾ ਪਰਪਸ ਸੀ ਕਿ ਅਸੀਂ ਸਿੱਖ ਜਰਨੈਲਾਂ ਅਤੇ ਖਾਸ ਤੌਰ 'ਤੇ ਜੱਸਾ ਸਿੰਘ ਆਹਲੂਵਾਲੀਆ ਵਰਗੇ ਜਿਹੜੇ ਜਰਨੈਲ ਨੇ ਉਹਨਾਂ ਨੂੰ ਅਸੀਂ ਸਹੀ ਤਰੀਕੇ ਨਾਲ ਉਹਨਾਂ ਦੀ ਯਾਦਗਾਰ ਬਣਾ ਸਕੀਏ। ਪ੍ਰੋਫੈਸਰ ਕੁਲਵੰਤ ਗਰੇਵਾਲ, ਤੁਸੀਂ ਕਿਵੇਂ ਦੇਖਦੇ ਹੋ ਜੋ ਪ੍ਰੋਫੈਸਰ ਸੰਗਦਿਆਲ ਸਿੰਘ ਹੋਰਾਂ ਨੇ ਜਿਵੇਂ ਗੱਲ ਕੀਤੀ ਹੈ ਕਿ ਸਾਨੂੰ ਸਭ ਨੂੰ ਇਸ ਮਹਾਨ ਜਰਨੈਲ ਬਾਰੇ ਜਿਹੜੇ ਹੈ ਕੋਈ ਨਾ ਕੋਈ ਸੈਮੀਨਾਰ ਕਰਾਉਣੇ ਚਾਹੀਦੇ ਨੇ, ਯਾਦਗਾਰ ਬਣਾਉਣੀ ਚਾਹੀਦੀ ਹੈ, ਤੁਸੀਂ ਇਹਨਾਂ ਦੀ ਕੰਟਰੀਬਿਊਸ਼ਨ ਨੂੰ ਕਿਵੇਂ ਦੇਖਦੇ ਹੋ ਸਿੱਖ ਇਤਿਹਾਸ ਦੇ ਵਿੱਚ? ਸਭ ਤੋਂ ਪਹਿਲਾਂ ਜੀ, ਮੈਂ ਸਮਝਦਾ ਕਿ ਕੌਮ ਦੀ ਜਿਹੜੀ ਅਵੇਕਨਿੰਗ ਹੈ ਉਹ ਐਡੇ ਵੱਡੇ ਮਾਈਂਡ ਦੇ ਨਾਲ ਜੁੜੀ ਹੈ ਜਿਹਨੂੰ ਅਸੀਂ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਸਾਹਿਬ ਕਹਿੰਦੇ। ਜੀ, ਇਹ ਚੇਤਨਾ ਜਿਹੜੀ ਹੈ ਨਾ, ਇਹਦਾ ਚੇਤਨਾ ਦਾ ਪ੍ਰਵਾਹ ਔਰ ਪ੍ਰਕਾਸ਼ ਮੇਰੀ ਕੌਮ ਦੇ ਕਣ ਕਣ ਦੇ ਵਿੱਚ ਜਾਵੇ, ਪਹਿਲੀ ਦੁਆ ਤਾਂ ਸਾਡੀ ਇਹ ਹੈ। ਜੀ, ਦੂਸਰੀ ਗੱਲ ਇਹ ਹੈ, ਤੁਸੀਂ ਬਹੁਤ ਅੱਛੀ ਗੱਲ ਕੀਤੀ ਸੀ ਕਿ ਇਹ ਸੁਖਦਿਆਲ ਜੀ ਨੇ ਜਿਹੜੀ ਗੱਲ ਕੀਤੀ ਹੈ ਕਿ ਇਹਨਾਂ ਨੇ ਜਿਹੜਾ ਸਿੱਕਾ ਚਲਾਇਆ ਉਹ ਗੁਰੂ ਦੇ ਨਾਮ ਦਾ ਚਲਾਇਆ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਇਸ ਤੋਂ ਬਿਨਾਂ ਇਸ ਮਨੁੱਖ ਨੇ ਇਸ, ਮੈਂ ਇਹਨਾਂ ਨੂੰ ਜਰਨੈਲ ਤਾਂ ਨਹੀਂ ਕਹਿੰਦਾ, ਇਹ ਜਰਨੈਲ ਤੋਂ ਤਾਂ ਬਹੁਤ ਉੱਪਰ ਹੈ ਜੀ, ਕਿਉਂਕਿ ਇਸ ਬੰਦੇ ਦੀ ਸਾਰੀ ਸ਼ਖਸੀਅਤ ਡਿਵਾਈਨ ਹੈ। ਲੜਦਿਆਂ ਵੇਲੇ ਵੀ, ਜਿਉਂਦਿਆਂ ਵੇਲੇ ਵੀ, ਜ਼ਿੰਦਗੀ ਦਾ ਕਣ ਕਣ ਡਿਵਾਈਨ ਹੈ ਇਹਨਾਂ ਦਾ। ਜੀ, ਯਾਨੀ ਇੱਕ ਮੂਮੈਂਟ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਕੁਪਰ ਹੀੜੇ ਦੇ ਮੈਦਾਨ ਦੇ ਵਿੱਚ ਜਦੋਂ ਜੰਗ ਪੂਰੇ ਦਾ ਪੂਰਾ ਪਖਿਆ ਹੋਇਆ ਸੀ, ਅਬਦਾਲੀ ਦੇ ਨਾਲ ਸਿੱਧੀ ਲੜਾਈ ਚੱਲ ਰਹੀ ਸੀ ਜੀ, ਉਦੋਂ ਇਹਨਾਂ ਦੇ ਜ਼ਖਮ 25-26-27 ਜ਼ਖਮ ਤਾਂ ਲੋਕ ਆਮ ਲਿਖਦੇ ਨੇ ਨਾ, ਉਦੋਂ ਵੀ ਜ਼ਿਆਦਾ ਜ਼ਖਮ ਸੀ, ਇਹ ਬਲੀਡ ਕਰ ਰਹੇ ਸੀ ਜੀ। ਇਹਨਾਂ ਦੇ ਜਿਹੜੇ ਬਾਡੀਗਾਰਡ ਨੇ ਪਿੱਛੋਂ, ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇੰਨਾ ਹੀ, ਜੇ ਵੀ ਇਹ ਇੰਨਾ ਹੀ ਬਲੀਡ ਕਰਦੇ ਰਹੇ ਤਾਂ ਅਸੀਂ ਆਪਣਾ ਆਗੂ ਆਪਣੇ ਮਸੀਹਾ ਨੂੰ ਖੋਲਾਂਗੇ। ਉਹਨਾਂ ਦਾ ਜਿਹੜਾ ਕਮਾਂਡਰ ਸੀ ਉਸਨੇ ਘੋੜੇ ਦੇ, ਇਹਨਾਂ ਦੇ ਘੋੜੇ ਦੇ ਪਿਛਲੇ ਪਾਸੇ ਆਪਣਾ ਚਾਬਕ ਚੱਕਿਆ ਔਰ ਮਾਰਨ ਦੀ ਕੋਸ਼ਿਸ਼ ਕੀਤੀ ਵੀ ਜਿਹੜਾ ਰਣ ਤੱਤਾ ਹੈ ਉਹਦੇ ਵਿੱਚੋਂ ਇਹਨਾਂ ਨੂੰ ਥੋੜ੍ਹਾ ਜਿਹਾ ਪਾਸੇ ਕਰਤਾ ਜਾਵੇ। ਇਹਨਾਂ ਨੇ ਇੱਕ ਇਸ਼ਾਰਾ ਕੀਤਾ, ਇਸ਼ਾਰਾ ਬੜਾ ਮਸ਼ਹੂਰ ਹੈ ਦੁਨੀਆ 'ਤੇ ਜੀ, ਉਹ ਇਸ਼ਾਰਾ ਇਹ ਸੀ ਕਿ ਬਿਲਕੁਲ ਨਹੀਂ, ਮੈਂ ਇਸ ਮੈਦਾਨ 'ਚੋਂ ਇੱਕ ਇੰਚ ਵੀ ਪਿੱਛੇ ਨਹੀਂ ਹਟੂੰਗਾ, ਮੈਂ ਹੁਣ ਉੱਪਰ ਜਾਣਾ ਦਰਗਾਹ 'ਚ। ਯਾਨੀ ਇਸ ਕਿਸਮ ਦੇ ਡੈਡੀਕੇਟਿਡ ਸੂਰਮੇ ਰਾਜੇ ਮਹਾਰਾਜੇ ਜਾਂ ਆਗੂ ਇਸ ਦੁਨੀਆਂ ਦੇ ਵਿੱਚ ਦੁਰਲੱਭ ਨੇ ਜੀ, ਔਰ ਮੈਦਾਨ ਜਿੱਤਿਆ, ਉੱਥੇ ਜਿੱਤ ਹਾਰ ਦਾ ਕੋਈ, ਮੈਂ ਸਮਝਦਾ ਕੋਈ ਲੇਖਾ ਹੀ ਕੋਈ ਨਹੀਂ, ਜਿਸ ਤਰ੍ਹਾਂ ਮੇਰੀ ਕੌਮ ਉੱਥੇ ਲੜੀ ਉਹ ਇਹਨਾਂ ਦੀ ਇੰਟੈਲੀਜੈਂਸ ਔਰ ਇਹਨਾਂ ਦੀ ਸਿਆਣਪ ਦੀ ਵਜ੍ਹਾ ਕਰਕੇ ਲੜੀ ਜੀ। ਇਹਨਾਂ ਨੂੰ ਉਹਨਾਂ ਦਾ ਡਾਇਰਿਸਟ ਸੀਗਾ ਪੋਇਟ, ਉਹ ਇਹਨਾਂ ਦੀ ਬਾਡੀ ਲੈਂਗੁਏਜ ਦੇ ਉੱਤੇ ਗੱਲ ਕਰ ਰਿਹਾ ਕਿ ਇਸ ਕਿਸਮ ਦਾ ਸੂਰਮਾ ਮੈਂ ਏਸ਼ੀਆ ਦੇ ਸਾਰੇ ਸੂਰਮੇ ਦੇਖੇ ਨੇ, ਉਹਨਾਂ ਨੂੰ ਫਿਜ਼ੀਕਲੀ ਵੀ ਦੇਖਿਆ, ਇਸ ਕਿਸਮ ਦਾ ਖੂਬਸੂਰਤ ਇਨਸਾਨ ਔਰ ਜ਼ਬਰਦਸਤ ਜਿਵੇਂ ਤਾਕਤ ਇਨਕਾਰਨੇਟ ਹੁੰਦੀ ਹੈ। ਕਹਿੰਦਾ ਜੇ ਇਹ ਧਰੂ ਤਾਰੇ ਕਦੇ ਆਪਣਾ ਨੇਜ਼ਾ ਉੱਚਾ ਕਰਦਾ ਨਾ ਤਾਂ ਧਰੂ ਤਾਰਾ ਡਰਦਾ ਮਾਰਾ ਲੁਕ ਜਾਂਦਾ ਜੀ। ਇਸ ਕਿਸਮ ਦੀ ਸ਼ਕਤੀ ਔਰ ਤਾਕਤ ਨਾਲ ਜੀ ਇਹ ਆਪਣੀ ਧਰਤੀ ਦੇ ਉੱਤੇ ਵਿਚਰੇ ਨੇ, ਮਾਇੰਡ ਨਾਲ ਵਿਚਰੇ ਨੇ, ਮੈਂ ਇਹਨਾਂ ਨੂੰ ਆਪਣੀ ਸ਼ਰਧਾਂਜਲੀ ਜਿਹੜੀ ਉਹ ਪੇਸ਼ ਕਰ। ਜਿਵੇਂ ਪ੍ਰੋਫੈਸਰ ਗਰੇਵਾਲ ਔਰ ਪ੍ਰੋਫੈਸਰ ਸੁਖਦਿਆਲ ਸਿੰਘ ਹੋਰਾਂ ਨੇ ਕਿਹਾ ਕਿ ਇਹਨਾਂ ਨੂੰ ਕਈ ਪੱਖਾਂ ਤੋਂ ਜਿਹੜਾ ਹੈ ਅਸੀਂ ਯਾਦ ਕਰ ਸਕਦੇ ਹਾਂ। ਜੱਸਾ ਸਿੰਘ ਆਹਲੂਵਾਲੀਆ ਸਾਹਿਬ ਦਾਨਵੀਰ ਵੀ ਕਿਹਾ ਜਾਂਦਾ ਇਹਨਾਂ ਨੂੰ, ਔਰ ਇਹ ਬਹੁਤ ਵਧੀਆ ਕੀਰਤਨੀ ਸੀ, ਮਾਤਾ ਸੁੰਦਰੀ ਦੇ ਕੋਲ ਰਹੇ ਬਚਪਨ ਦੇ ਵਿੱਚ, ਔਰ ਮਾਤਾ ਸੁੰਦਰੀ ਨੇ ਇਹਨਾਂ ਨੂੰ ਉੱਥੇ ਹੀ ਇਹਨਾਂ ਨੇ ਜਿਹੜੀ ਹੈ ਹਥਿਆਰਾਂ ਦੀ ਚਲਾਉਣ ਦੀ ਸਿੱਖਿਆ, ਉੱਥੇ ਕੀਰਤਨ ਸਿੱਖਿਆ, ਬਹੁਤ ਅੱਛਾ ਪਾਠ ਕਰਦੇ ਸੀ, ਔਰ ਸਿਹਤ ਵਜੋਂ ਵੀ ਬਹੁਤ
ਬਸ ਇਸ ਤਰ੍ਹਾਂ ਦੇ ਜਵਾਨ ਬਹੁਤ ਦਰਸ਼ਨੀ ਜਿਹਨਾਂ ਨੂੰ ਜਵਾਨ ਕਹਿੰਦੇ ਨੇ ਉਹ ਸੀ ਜਦੋਂ ਨਵਾਬ ਕਪੂਰ ਸਿੰਘ ਕੋਲ ਜਾਂਦੇ ਨੇ ਉਹਨਾਂ ਨੇ ਵੀ ਪਹਿਲਾਂ ਕੀਰਤਨ ਸੁਣਿਆ ਸੀ ਸੋ ਦਾਨਵੀਰ ਇਸ ਕਰਕੇ ਵੀ ਕਿਹਾ ਜਾਂਦਾ ਕਿ ਜਦੋਂ ਵੀ ਅਬਦਾਲੀ ਜੋ ਵੀ ਲੈ ਕੇ ਜਾਂਦਾ ਸੀ ਉਹ ਲੁੱਟਦਾ ਮਾਲ ਜਿਹੜਾ ਅਬਦਾਲੀ ਦਾ ਸਮੇਤ ਜਿਹੜੀਆਂ ਹਿੰਦੁਸਤਾਨ ਦੀਆਂ ਔਰਤਾਂ ਨੂੰ ਵੀ ਬਚਾਉਂਦੇ ਸੀ ਫਿਰ ਉਹਨਾਂ ਨੂੰ ਉਹਨਾਂ ਦੇ ਘਰੇ ਤੋੜਦੇ ਸੀ ਜਿਵੇਂ ਇੱਕ ਪਿਤਾ ਘਰ ਤੋੜਦਾ ਹੁੰਦਾ ਅਤੇ ਦੂਸਰੀ ਹੋਰ ਵੀ ਗੱਲ ਹੈ ਕਿ ਜਦੋਂ ਸਰਹੰਦ ਫਤਿਹ ਹੁੰਦੀ ਹੈ ਤਾਂ ਤੁਹਾਨੂੰ ਸਭ ਨੂੰ ਪਤਾ ਹਿਸਟਰੀ ਇਹ ਦੱਸਦੀ ਹੈ ਕਿ ਹਰਿਮੰਦਰ ਸਾਹਿਬ ਦੀ ਜਿਹੜੀ ਇਮਾਰਤ ਹੈ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਅਬਦਾਲੀ ਰਾਹੀਂ ਉਦੋਂ ਬਾਅਦ ਜਦੋਂ ਦੁਬਾਰਾ ਇਮਾਰਤ ਬਣਦੀ ਹੈ ਤਾਂ ਸਾਰਾ ਜਿਹੜਾ ਆਪਣਾ ਹਿੱਸਾ ਸੀ ਆਹਲੂਵਾਲੀਆ ਦਾ ਉਹ ਇਹਨਾਂ ਨੇ ਜਿਹੜੀ ਇਹ ਮੌਜੂਦਾ ਇਮਾਰਤ ਬਣਾਉਣ ਲਈ ਉਹ ਦਾਨ ਕਰਤਾ ਸੀ ਸੋ ਕਈ ਪੱਖਾਂ ਤੋਂ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਨੂੰ ਦੇਖਿਆ ਜਾ ਸਕਦਾ ਅਤੇ ਕਿਵੇਂ ਇਹ ਜਿਹੜਾ 300 ਸਾਲਾਂ ਅਸੀਂ ਮਨਾਉਣਾ ਇਹ ਜਿਹੜੀ ਆਹਲੂਵਾਲੀਆ ਬਰਾਦਰੀ ਦੇ ਪ੍ਰਧਾਨ ਸਾਡੇ ਨਾਲ ਨੇ ਉਹ ਕਿਸ ਤਰ੍ਹਾਂ ਸੋਚਦੇ ਨੇ ਉਹਦੇ ਮਨ 'ਚ ਕੀ ਵਿਜ਼ਨ ਹੈ ਇਹ ਅਸੀਂ ਗੱਲ ਕਰਾਂਗੇ ਲੇਕਿਨ ਇਸ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਜਿਸ ਤਰ੍ਹਾਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਗੱਲ ਚੱਲ ਰਹੀ ਸੀ ਕਿ ਬਹੁਤ ਵੱਡੀ ਕੰਟਰੀਬਿਊਸ਼ਨ ਨਾ ਸਿਰਫ ਸਿੱਖ ਇਤਿਹਾਸ ਦੇ ਵਿੱਚ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਕੱਲ੍ਹ ਜਦੋਂ ਸੈਮੀਨਾਰ ਦਿੱਲੀ ਦੇ ਵਿੱਚ ਹੋ ਰਿਹਾ ਸੀ ਪ੍ਰੋਫੈਸਰ ਮਨਮੋਹਨ ਸਿੰਘ ਨੇ ਵੀ ਇਹੀ ਗੱਲ ਕਹੀ ਸੀ ਕਿ ਜੱਸਾ ਸਿੰਘ ਆਹਲੂਵਾਲੀਆ ਸਾਹਿਬ ਨੇ ਜਿਹੜੀ ਹੈ ਮੁਗਲਾਂ ਨੂੰ ਭਜਾ ਕੇ ਜਿਹੜੀ ਦਿੱਲੀ ਫਤਿਹ ਕਰਨਾ ਉਹ ਮਕਸਦ ਉਹਨਾਂ ਦਾ ਸਿਰਫ ਇਹ ਸੀ ਕਿ ਇਸ ਦੇਸ਼ ਨੂੰ ਆਪਣੀ ਜਿਹੜੇ ਰਾਜ ਲਾਉਣਾ ਉਹ ਉਸ 'ਚ ਉਹ ਜਿਹੜੇ ਕਾਮਯਾਬ ਹੋਏ ਸੀ ਇਹ ਕਾਫੀ ਹੱਦ ਤੱਕ ਸਹੀ ਗੱਲ ਹੈ ਹਿਸਟਰੀ ਇਹੀ ਦੱਸਦੀ ਹੈ ਲੇਕਿਨ ਹੁਣ ਉਹਨੂੰ ਕਿਵੇਂ ਅਸੀਂ ਯਾਦ ਕਰੀਏ ਇਹ ਵੀ ਇੱਕ ਸਵਾਲ ਪੈਦਾ ਹੋ ਰਿਹਾ ਔਰ ਬਰਾਦਰੀ ਜਿਹੜੀ ਹੈ ਆਹਲੂਵਾਲੀਆ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਜਸਪ੍ਰੀਤ ਸਿੰਘ ਆਹਲੂਵਾਲੀਆ ਇਸ ਪੱਖੋਂ ਕਾਫੀ ਕੰਮ ਕਰ ਰਹੇ ਨੇ ਪਿਛਲੇ ਕਾਫੀ ਦਿਨ ਤੋਂ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਉਹ ਕੀ ਕਰਨਾ ਚਾਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਕੀ ਹੈ ਕੀ ਕਰਨਾ ਚਾਹੁੰਦੇ ਤੁਸੀਂ ਸਰ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਅਖਬਾਰਾਂ ਅਤੇ ਨਿਊਜ਼ ਚੈਨਲਾਂ 'ਤੇ ਖਬਰਾਂ ਤਾਂ 300 ਸਾਲੇ ਦੀਆਂ ਬਹੁਤ ਚੱਲ ਰਹੀਆਂ ਨੇ ਪਰ ਚੜ੍ਹਦੀ ਕਲਾ ਟਾਈਮ ਟੀ ਵੀ ਦਾ ਅਸੀਂ ਧੰਨਵਾਦ ਬਰਾਦਰੀ ਵੱਲੋਂ ਇਸ ਕਰਕੇ ਕਰਦੇ ਹਾਂ ਕਿ ਪਹਿਲੀ ਡਿਬੇਟ ਹੈ ਜਿਹੜੀ ਜੱਸਾ ਸਿੰਘ ਆਹਲੂਵਾਲੀਆ ਬਾਰੇ ਰੱਖੀ ਗਈ ਹੈ ਬਹੁਤ ਵਧੀਆ ਗੱਲ ਹੈ ਅਤੇ ਇਹਦੇ ਵਿੱਚ ਸਰ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਤਿਹਾਸ ਤੋਂ ਤਾਂ ਹੁਣ ਸਾਡੀ ਨੌਜਵਾਨ ਪੀੜ੍ਹੀ ਜੱਸਾ ਸਿੰਘ ਆਹਲੂਵਾਲੀਆ ਦੇ ਇਤਿਹਾਸ ਤੋਂ ਜਾਣੂ ਤਾਂ ਹੋ ਗਈ ਆ ਜਾਣੂ ਕਿਉਂਕਿ ਪਿਛਲੇ ਸੋਸ਼ਲ ਮੀਡੀਆ ਨੇ ਬਹੁਤ ਵੱਡਾ ਇਹਦੇ ਵਿੱਚ ਰੋਲ ਪਲੇ ਕੀਤਾ ਪਰ ਉਹਨਾਂ ਦਾ 300 ਸਾਲਾਂ ਮਨਾਉਣ ਦੇ ਨਾਲ ਨਾਲ ਸਾਨੂੰ ਉਹਨਾਂ ਦੀਆਂ ਜਿਹੜੀਆਂ ਇਤਿਹਾਸਕ ਯਾਦਗਾਰਾਂ ਨੇ ਜਿਹੜੀਆਂ ਥਾਵਾਂ ਉਹਨਾਂ ਨਾਲ ਸੰਬੰਧ ਰੱਖਦੀਆਂ ਨੇ ਸਾਨੂੰ ਉਹਨਾਂ ਦੀ ਵੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਆ ਮਿਸਾਲ ਦੇ ਤੌਰ 'ਤੇ ਜਿੱਥੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਦਾਹ ਸੰਸਕਾਰ ਹੋਇਆ ਬੁਰਜ ਬਾਬਾ ਢਾਬ ਰਾਏ ਜੀ ਦੇ ਬਿਲਕੁਲ ਨਾਲ ਉਹਨਾਂ ਦੀ ਯਾਦਗਾਰ ਬਣੀ ਹੋਈ ਹੈ ਉਹ ਪਹਿਲਾਂ ਤਾਂ ਬਹੁਤ ਦੁਰਬਲ ਹਾਲਾਤ 'ਚ ਸੀ ਪਰ ਅੰਮ੍ਰਿਤਸਰ ਦੇ ਇੱਕ ਸਾਡੇ ਰਿਟਾਇਰਡ ਇੰਸਪੈਕਟਰ ਸੀਗੇ ਪੰਜਾਬ ਪੁਲਿਸ ਦੇ ਗੁਰਬਖਸ਼ ਸਿੰਘ ਉਹਨਾਂ ਨੇ ਉਹ ਪਹਿਲਾਂ ਉਹਦੀ ਰੈਨੋਵੇਸ਼ਨ ਆਪਣੇ ਤੌਰ 'ਤੇ ਕੀਤੀ ਫਿਰ ਸਰਦਾਰ ਜਗਜੀਤ ਸਿੰਘ ਆਹਲੂਵਾਲੀਆ ਡਾਇਰੈਕਟਰ ਪੰਜਾਬੀ ਅੰਮ੍ਰਿਤਸਰ ਯੂਨੀਵਰਸਿਟੀ ਰਿਟਾਇਰ ਹੋਏ ਉਹਨਾਂ ਨੇ ਬੜੀ ਹਿੰਮਤ ਕਰਕੇ ਉਦੋਂ ਰਿਸਟੋਰ ਕੀਤਾ ਅਤੇ ਟਿੱਕਾ ਸ਼ਤਰੂਜੀਤ ਸਿੰਘ ਕਪੂਰਥਲਾ ਰਿਆਸਤ ਦੇ ਜਿਹੜੇ ਸਾਡੇ ਰਾਜਕੁਮਾਰ ਨੇ ਉਹਨਾਂ ਨੇ ਵੀ ਉਹਦੇ 'ਤੇ ਕਾਫੀ ਕੰਮ ਕੀਤਾ ਉਹਨੂੰ ਬਚਾ ਤਾਂ ਲਿਆ ਲੇਕਿਨ ਵੱਡੀ ਗੱਲ ਇਹ ਹੈ ਜੀ ਕਿ ਅੱਜ ਵੀ ਜਿਹੜੀ ਉਹਦੀ ਸਾਰੀ ਸਾਂਭ ਸੰਭਾਲ ਹੈ ਉਹ ਡੀਸੀ ਕਪੂਰਥਲਾ ਦੇ ਅੰਡਰ ਆ ਜੀ ਸਾਨੂੰ ਜ਼ਰੂਰਤ ਹੈ ਕਿ ਇਹੋ ਜਿਹੜੀਆਂ ਯਾਦਗਾਰਾਂ ਨੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਕਿ ਇਹ ਜਿਹੜੀਆਂ ਯਾਦਗਾਰਾਂ ਨੇ ਇਹ ਬਰਾਦਰੀ ਨੂੰ ਸੌਂਪੀਆਂ ਜਾਣ ਤਾਂ ਕਿ ਅਸੀਂ ਉਹਨੂੰ ਇੱਕ ਵਧੀਆ ਢੰਗ ਦਾ ਉਹਨੂੰ ਇੱਕ ਵਧੀਆ ਮਾਹੌਲ ਉੱਥੇ ਉਹ ਇੱਕ ਇਹੋ ਜਿਹਾ ਬਣਾ ਸਕੇ ਸਾਡੇ ਲਈ ਤਾਂ ਇੱਕ ਤੀਰਥ ਸਥਾਨ ਹੈ ਸਾਡੇ ਬਜ਼ੁਰਗ ਦਾ ਉਹ ਤੋਂ ਬਾਅਦ ਜੀ ਆਹਲੂਵਾਲੀਆ ਗੇਟ ਜਿਹੜਾ ਕਿ ਅੰਗਰੇਜ਼ਾਂ ਵੱਲੋਂ ਸਿੱਖ ਮਿਸਲਾਂ ਦੀ ਹੋਂਦ ਖਤਮ ਕਰਨ ਵਾਸਤੇ ਢਾਇਆ ਗਏ ਸੀਗੇ ਸਾਰੇ ਜਿਹੜੇ ਸਿੱਖ ਮਿਸਲਾਂ ਦੇ ਗੇਟ ਸੀ ਉਹ ਢਾਤੇ ਗਏ ਸੀ ਆਹਲੂਵਾਲੀਆ ਗੇਟ ਜਿਹੜਾ ਕਿ ਘਿਓ ਮੰਡੀ ਚੌਂਕ ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜਾ ਜਿਸ ਨਾਂ ਤੋਂ ਜਾਣਿਆ ਜਾਂਦਾ ਉਸ ਗੇਟ ਦੀ ਉਸਾਰੀ ਮੁੜ ਤੋਂ ਪੁਰਾਤਨ ਅਤੇ ਇਤਿਹਾਸਕ ਲੁੱਕ ਦੇ ਵਿੱਚ ਕਰਨੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਸ ਗੇਟ ਦਾ ਮਹੱਤਵ ਕੀ ਸੀ ਤੀਜੇ ਨੰਬਰ 'ਤੇ ਆਹਲੂਵਾਲੀਆ ਕਿਲ੍ਹਾ ਜੋ ਕਿ ਨਵਾਬ ਜੱਸਾ ਸਿੰਘ ਆਹਲੂਵਾਲੀਆ ਜੀ ਵੱਲੋਂ ਹਰਿਮੰਦਰ ਸਾਹਿਬ ਦੇ ਬਿਲਕੁਲ ਨਾਲ ਬਣਾਇਆ ਗਿਆ ਸੀ ਦੇ ਬਾਜ਼ਾਰ ਬਣਾਇਆ ਗਿਆ ਸੀ ਕਟੜਾ ਆਹਲੂਵਾਲੀਆ ਜਿਹਦੇ ਵਿੱਚ ਕਿ ਉਸ ਉਹਨਾਂ ਦੇ ਟਾਈਮ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਰਾਜਸਥਾਨ ਤੋਂ ਸਿੰਧੀ ਮੰਗਾ ਕੇ ਉੱਥੇ ਵਸਾਏ ਸੀਗੇ ਤਾਂ ਕਿ ਉੱਥੇ ਕਾਰੋਬਾਰ ਵੱਧ ਸਕੇ ਅਤੇ ਪ੍ਰੋਸਪੈਰਿਟੀ ਆ ਸਕੇ ਅੰਗਰੇਜ਼ਾਂ ਨੇ 1900 ਦੇ ਵਿੱਚ ਉਹ ਕਿਲ੍ਹਾ ਸਿੰਧੀਆਂ ਨੂੰ ਹੀ ਨਿਲਾਮ ਕਰਤਾ ਸੀ ਅਤੇ ਅੱਜ ਉਹ ਬਹੁਤ ਹੀ ਦੁਰਬਲ ਹਾਲਾਤਾਂ 'ਚ ਹੈ ਮੈਂ ਅਸੀਂ ਪਿੱਛੇ ਜੇ ਵੀ ਇੱਕ ਇਹ 'ਤੇ ਮੁੱਦਾ ਚੱਕਿਆ ਸੀ ਕਿ ਇੱਕ ਗੇਟ ਉਹਦੇ 2 ਗੇਟ ਸੀ ਕਿਲ੍ਹੇ ਦੇ ਇੱਕ ਗੇਟ ਤਾਂ
ਹਰਿਮੰਦਰ ਸਾਹਿਬ ਵੱਲ ਖੁੱਲਦਾ ਸੀ ਤੇ ਦੂਜਾ ਗੇਟ ਬਾਜ਼ਾਰ ਵੱਲ ਖੁੱਲਦਾ ਸੀ। ਹਰਿਮੰਦਰ ਸਾਹਿਬ ਵਾਲਾ ਗੇਟ ਪਹਿਲਾਂ ਹੀ ਢਾਤਾ ਗਿਆ ਸੀ ਤੇ ਹੁਣ ਰੀਸੈਂਟਲੀ 5-6 ਮਹੀਨੇ ਪਹਿਲਾਂ ਜਿਹੜਾ ਬਾਜ਼ਾਰ ਵੱਲ ਦਾ ਗੇਟ ਸੀ ਉਹ ਵੀ ਢਾ ਕੇ ਉੱਥੇ ਇੱਕ ਹੋਟਲ ਉਸਾਰ ਦਿੱਤਾ ਗਿਆ, ਬਿਲਕੁਲ ਪ੍ਰਸ਼ਾਸਨ ਦੀ ਡੱਕ ਦੇ ਥੱਲੇ। ਸੋ ਇਹ ਸਾਡੇ ਕੁਛ ਮੁੱਦੇ ਨੇ ਜੀ। ਇਹ ਜਿਸ ਤਰ੍ਹਾਂ ਇਹਨਾਂ ਨੇ ਇੱਕ ਬਰਾਦਰੀ ਵੱਲੋਂ ਜਾਂ ਇੱਕ ਪ੍ਰਧਾਨ ਦੇ ਤੌਰ 'ਤੇ ਜੋ ਬਰਾਦਰੀ ਸੋਚ ਰਹੀ ਹੈ ਉਸ ਦੀ ਗੱਲ ਕੀਤੀ ਹੈ। ਹੁਣ ਮੈਂ ਜਿਹੜੀ ਗੱਲ ਕਰਨੀ ਇਹ ਚਾਹੁੰਦਾ, ਕਿਉਂਕਿ ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀ ਕਿ ਬਰਾਦਰੀ ਕਰੇ, ਬਿਲਕੁਲ ਸਹੀ ਗੱਲ ਹੈ। ਸਾਡੇ ਸਿੱਖ ਇਤਿਹਾਸ 'ਚ ਸਿੱਖ ਮਿਸਲਾਂ ਦਾ ਇੱਕ ਆਪਣਾ ਵੱਖਰਾ ਯੋਗਦਾਨ ਹੈ, ਬਹੁਤ ਕੰਮ ਇਤਿਹਾਸਕਾਰਾਂ ਨੇ ਇੱਥੇ ਕੀਤਾ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਪ੍ਰੋਫੈਸਰ ਸੁਖਦਿਆਲ ਸਿੰਘ ਹੋਰਾਂ ਨਾਲ, ਕਿਉਂਕਿ ਉਹ ਸਿੱਖ ਇਤਿਹਾਸਕਾਰ ਨੇ, ਕਿ ਤੁਸੀਂ ਕੀ ਸਮਝਦੇ ਹੋ ਜਦੋਂ ਇਹੋ ਜਿਹਾ ਮੌਕਾ ਆਉਂਦਾ ਅਤੇ ਕਿਵੇਂ ਕੌਮ ਨੂੰ ਮਨਾਉਣੇ ਚਾਹੀਦੇ ਨੇ, ਕਿਸ ਤਰੀਕੇ ਨਾਲ, ਕੀ ਇਤਿਹਾਸ ਨੂੰ ਮੁੜ ਲਿਖਿਆ ਜਾਵੇ, ਕੀ ਇਤਿਹਾਸ ਸਹੀ ਤਰੀਕੇ ਨਾਲ ਲਿਖਿਆ ਗਿਆ, ਜਾਂ ਕਿ ਉਹਨਾਂ ਦੀ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ ਗਿਆ ਉਸ ਤਰ੍ਹਾਂ ਮਨਾਇਆ ਜਾਵੇ। ਤੁਹਾਡੇ ਖਿਆਲ 'ਚ ਤੁਹਾਡਾ ਵਿਜ਼ਨ ਕੀ ਕਹਿੰਦਾ ਕਿ ਅਜਿਹੀਆਂ ਯਾਦਗਾਰਾਂ ਨੂੰ ਕਿਵੇਂ ਮਨਾਇਆ ਜਾਵੇ? ਵਾਲੀਆ ਸਾਹਿਬ ਜੀ, ਮੈਂ ਤੁਹਾਡੇ ਸਾਹਮਣੇ ਹਿਸਟੋਰੀਕਲੀ ਜੀ ਇੱਕ ਸੰਖੇਪ ਜੇ ਸ਼ਬਦਾਂ ਵਿੱਚ ਜੀ ਅਬਦਾਲੀ ਅਤੇ ਆਹਲੂਵਾਲੀਆ ਦੀ ਕੰਪੈਰੇਟਿਵ ਸਟੱਡੀ ਇੱਕ ਸੰਖੇਪ ਜੇ ਸ਼ਬਦਾਂ 'ਚ ਤੁਹਾਨੂੰ ਦੱਸ ਦਿਓ ਜੀ। ਦੇਖੋ ਜਿਹੜਾ ਸੰਘਰਸ਼ ਹੋਇਆ ਹੈ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਜੀ, ਉਹ ਸਾਰਾ ਅਬਦਾਲੀ ਨਾਲ ਹੋਇਆ, ਮੁਗਲਾਂ ਨਾਲ ਨਹੀਂ ਹੋਇਆ। ਮੁਗਲ 1748 ਦੇ ਪਹਿਲਾਂ ਹੀ ਖਤਮ ਹੋ ਗਏ ਸੀ। ਠੀਕ ਹੈ, 1748 ਤੋਂ ਪਿੱਛੋਂ ਉੱਤਰੀ ਹਿੰਦੁਸਤਾਨ 'ਤੇ ਘੱਟੋ ਘੱਟ ਅਹਿਮਦ ਸ਼ਾਹ ਅਬਦਾਲੀ ਦਾ ਕਬਜ਼ਾ ਹੋ ਗਿਆ ਸੀ। ਠੀਕ ਹੈ, ਦਿੱਲੀ ਸਮੇਤ ਸਾਰਾ ਜਿਹੜਾ ਉੱਤਰੀ ਹਿੰਦੁਸਤਾਨ ਸੀ ਅਹਿਮਦ ਸ਼ਾਹ ਅਬਦਾਲੀ ਦੇ ਡਾਇਰੈਕਟਲੀ ਕੰਟਰੋਲ ਹੇਠ ਸੀ। ਪੰਜਾਬ ਸਾਰਾ ਹੀ, ਕਸ਼ਮੀਰ ਸਾਰਾ ਹੀ ਅਬਦਾਲੀ ਕੋਲੇ ਸੀ। 1748 ਦੀ ਵਿਸਾਖੀ 'ਤੇ ਜਦੋਂ ਦਲ ਖਾਲਸੇ ਦੀ ਫਾਰਮੇਸ਼ਨ ਹੋਈ, ਪਹਿਲੀ ਵਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਪੰਥਕ ਸਟਰਗਲ ਦੀ ਜਿਹੜੀ ਸਟੇਜ ਹੈ ਉਸ 'ਤੇ ਕਮਾਂਡਰ ਇਨ ਚੀਫ ਬਣ ਕੇ ਆਉਂਦੇ ਨੇ ਖਾਲਸੇ ਦਾ ਜੀ, ਸੁਪਰੀਮ ਕਮਾਂਡਰ। ਜਦੋਂ ਮਿਸਲਾਂ ਬਣੀਆਂ ਨੇ, 11 ਮਿਸਲਾਂ ਬਣੀਆਂ, 12 ਨਹੀਂ ਸੀ, ਅਸੀਂ ਗਲਤੀ ਨਾਲ 12 ਕਹਿ ਦਿੰਦੇ ਹਾਂ, ਉਸ ਸਮੇਂ 11 ਬਣੀਆਂ ਜੀ, 12ਵੀਂ ਅਲੱਗ ਸੀ, ਅਸੀਂ ਗਿਣ ਲੈਂਦੇ ਹਾਂ ਉਹਨੂੰ 12ਵੀਂ ਜੀ। ਤੁਸੀਂ ਦੇਖੋ 1748 ਤੋਂ ਲੈ ਕੇ ਜੀ 1765 ਤੱਕ ਲਗਾਤਾਰ ਪੰਥ ਦੀ ਅਹਿਮਦ ਸ਼ਾਹ ਅਬਦਾਲੀ ਨਾਲ ਸਿੱਧੀ ਟੱਕਰ ਚੱਲੀ ਹੈ। ਚੱਲੀ, ਬਿਲਕੁਲ ਠੀਕ, ਅਬਦਾਲੀ ਜੇਤੂ ਹੈ ਏਸ਼ੀਆ ਦਾ, ਉਹ ਏਸ਼ੀਆ ਦਾ ਜਸਟ ਐਮਪਰਰ ਹੈ ਉਹ ਏਸ਼ੀਆ ਦਾ। ਤੁਸੀਂ ਦੇਖੋ ਇੱਥੇ ਕੰਪੈਰੇਟਿਵ ਸਟੱਡੀ ਕਰਕੇ ਦੇਖੋ, ਸਾਡੇ ਲੋਕਾਂ ਤੱਕ ਪਹੁੰਚਾਓ, ਹਿਸਟਰੀ ਲਿਖੀ ਨਹੀਂ ਗਈ, ਕਿਸੇ ਨੇ ਇਸ ਨੁਕਤੇ ਵੱਲ ਧਿਆਨ ਹੀ ਨਹੀਂ ਕੀਤਾ ਜੀ। 1748 ਤੋਂ ਲੈ ਕੇ 17 ਸਾਲ ਲਗਾਤਾਰ ਅਹਿਮਦ ਸ਼ਾਹ ਅਬਦਾਲੀ ਨਾਲ ਸਿੱਧੀ ਟੱਕਰ ਹੋਈ। ਉਹ ਸਿੱਧੀ ਟੱਕਰ ਦੇ ਵਿੱਚ 1765 ਤੇ 64 ਵਿੱਚ ਅਬਦਾਲੀ ਨੂੰ ਜੰਗ ਦੇ ਮੈਦਾਨ ਵਿੱਚ ਹਰਾ ਕੇ ਆਹਲੂਵਾਲੀਆ ਸਾਹਿਬ ਨੇ ਪੰਜਾਬ ਚੋਂ ਕੱਢ ਦਿੱਤਾ ਸੀ ਜੀ, ਔਰ ਉਹਦਾ ਸਾਮਰਾਜ ਤੋੜ ਕੇ ਜਿਹੜਾ ਏਸ਼ੀਆ ਦਾ ਜਰਨੈਲ ਸੀ, ਜਿਹੜਾ ਏਸ਼ੀਆ ਦਾ ਜਰਨੈਲ ਸੀ। ਇਹ ਕੰਪੈਰੇਟਿਵ ਸਟੱਡੀ ਅੱਜ ਤੱਕ ਕੀਤੀ ਨਹੀਂ ਕਿਸੇ ਹਿਸਟਰੀ ਦੀ ਜੀ। ਇਹ ਮੈਂ ਕਹਿੰਦਾ ਸੀ ਇਹਦਾ ਜਰਨੈਲ ਦੀ ਲੋੜ ਹੈ, ਬਿਲਕੁਲ, ਇਹ ਗੇਟ ਵੀ ਬਣਾਓ, ਸਭ ਕੁਝ ਕਰੋ, ਲੱਗੇ ਤੇ ਆਹ ਕੰਮ ਜਿਹੜਾ ਹੈ ਨਾ, ਇਹ ਬਹੁਤ ਜ਼ਿਆਦਾ, ਕਿਸੇ ਨੂੰ ਅਸੀਂ ਦੱਸ ਨਹੀਂ ਸਕੇ ਕਿ ਐਡਾ ਵੱਡਾ ਜਰਨੈਲ ਹੈ ਸਾਡਾ ਜਰਨੈਲ। ਬਿਲਕੁਲ, ਜੋ ਪ੍ਰੋਫੈਸਰ ਸੁਖਦਿਆਲ ਸਿੰਘ ਨੇ ਕਿਹਾ, ਮੇਰਾ ਖਿਆਲ ਹੈ ਪ੍ਰੋਫੈਸਰ ਕੁਲਵੰਤ ਗਰੇਵਾਲ ਵੀ ਇਸ ਨਾਲ ਸਹਿਮਤ ਹੋਣਗੇ ਕਿ ਇਸ ਕਿਸਮ ਦੇ ਵੀ ਸਾਨੂੰ ਕੁਛ ਸੋਚਣ ਦੀ ਲੋੜ ਹੈ ਕਿ ਅਸੀਂ ਕਲਮ ਦੇ ਨਾਲ ਵੀ ਇਹ ਜਿਹੜੀਆਂ ਇਹ ਸ਼ਹਾਦਤ ਹੈ ਜਾਂ ਇਹ ਜੋ ਜਿੰਨੀ ਵੱਡੀ ਸਟਰਗਲ ਕੌਮ ਨੇ ਕੀਤੀ ਹੈ ਉਹਨੂੰ ਲਿਖਿਆ ਜਾਵੇ। ਕੀ ਖਿਆਲ ਹੈ ਤੁਹਾਡਾ ਗਰੇਵਾਲ ਸਾਹਿਬ? ਦੁਨੀਆ ਦੇ ਵੱਡੇ ਵੱਡੇ ਜਿਹੜੇ ਲੀਡਰਸ ਹੋਏ ਨੇ, ਪੋਲੀਟੀਕਲ ਲੀਡਰਸ ਹੋਏ ਨੇ, ਉਹਨਾਂ ਨੂੰ ਕਦੇ ਵੀ, ਯਾਨੀ ਚਾਹੇ ਉਹ ਲੈਫਟਿਸਟ ਹੋਏ ਨੇ, ਰਾਈਟਿਸਟ ਹੋਏ ਨੇ, ਉਹਨਾਂ ਨੂੰ ਲੋਕਾਂ ਨੇ ਕਦੇ ਵੀ ਇਹ ਲਕਬ ਨਹੀਂ ਦਿੱਤਾ ਵੀ ਇਹ ਸਾਡਾ ਬਾਦਸ਼ਾਹ ਹੈ। ਇਹ ਲੋਕਾਂ ਨੇ ਇਹਨਾਂ ਦੀ ਜਿਹੜੀ ਡਿਵਿਨਿਟੀ, ਆਪਾਂ ਇਹਨੂੰ ਮਿਸ ਨਾ ਕਰੀਏ, ਇਹਨਾਂ ਦੀ ਡਿਵਿਨਿਟੀ ਔਰ ਇਹਨਾਂ ਦੀ ਪੋਲੀਟੀਕਲ, ਇਹਨਾਂ ਦੀ ਜਿਹੜੀ ਪੋਲਿਟੀ ਹੈ, ਡਿਵਿਨਿਟੀ ਔਰ ਪੋਲਿਟੀ ਦੋਏ ਜੀ, ਇਹਨਾਂ ਦੀ ਸ਼ਾਨ ਨੂੰ ਪਸੰਦ ਕਰਦਿਆਂ ਹੋਇਆਂ ਲੋਕਾਂ ਨੇ ਇਹਨਾਂ ਨੂੰ ਸੁਲਤਾਨ ਉਲ ਕੌਮ, ਯਾਨੀ ਕਿ ਕੌਮ ਦਾ ਸੁਲਤਾਨ ਜੀ, ਕਿਸੇ ਰਾਜੇ ਨੇ ਜਾਂ ਕਿਸੇ ਅਬਦਾਲੀ ਨੇ ਜਾਂ ਕਿਸੇ ਦੂਸਰੇ ਨੇ, ਤੀਸਰੇ ਨੇ, ਇਸ ਕਿਸਮ ਦੀ ਔਨਰ ਅਰਨ ਹੀ ਨਹੀਂ ਕੀਤੀ ਜੀ। ਮੈਂ ਇਸ ਗੱਲ ਨੂੰ ਸਭ ਤੋਂ ਪਹਿਲਾਂ ਜਿਹੜਾ ਸਟੈਪ ਮੈਂ ਸਮਝਦਾ ਟੂਵਰਡਸ ਰਿਪਬਲਿਕਨਿਜ਼ਮ, ਰਿਪਬਲਿਕ ਲੈਵਲ ਜਿਹੜੇ ਦੇ ਉੱਤੇ ਦੁਨੀਆ ਦੇ ਮਾਇੰਡ ਜਿਹੜੇ ਫਰੀ ਮਾਇੰਡ ਨੇ, ਉਹਨਾਂ ਨੇ ਇਸ ਬੰਦੇ ਨੂੰ ਓਨ ਕੀਤਾ ਔਰ ਇਹਦੀ ਸ਼ਾਨ ਨੂੰ ਸੁਲਤਾਨ ਉਲ ਕੌਮ ਦੇ ਵਿੱਚ ਵਿਰਾਜਿਆ ਜੀ। ਇਹ ਮੈਂ ਇਹਨਾਂ ਦੀ ਬਹੁਤ ਵੱਡੀ ਅਚੀਵਮੈਂਟ ਮੰਨਦਾ, ਸੂਖਮ ਗੱਲਾਂ ਨੇ ਇਹਨਾਂ ਨੂੰ ਆਪਾਂ ਨੂੰ ਲੋਕਾਂ ਦੇ ਵਿੱਚ ਧਰਨੀਆਂ ਲੋਕਾਂ ਦੇ ਵਿੱਚ ਪੇਸ਼ ਕਰਨੇ ਚਾਹੀਦੇ ਨੇ। ਜ਼ਮਾਨਾ ਜਿਹੜਾ ਉਹ ਹੀ ਨਹੀਂ ਰਹਿ ਗਿਆ ਵੀ ਅਸੀਂ ਹੁਣ ਜਿਹੜੇ ਸੈਮੀਨਾਰਜ਼ ਦੀ ਆਪਾਂ ਗੱਲ ਕਰਦੇ ਹਾਂ, ਸੈਮੀਨਾਰਜ਼ ਦੀ ਬਹੁਤ ਖੂਬਸੂਰਤ ਇਹ ਅੰਦਾਜ਼ ਹੈ,
ਸਾਡਾ ਸਾਰੀ ਦੁਨੀਆਂ ਦੇ ਉੱਤੇ ਯੂਨੀਵਰਸਿਟੀਆਂ ਨੂੰ ਕਹੋ ਕਿ ਮਿਲ ਕੇ ਇੱਕ ਬਹੁਤ ਵੱਡਾ ਸਵਾਗਮ ਕਰਨ ਸਾਰੀਆਂ ਯੂਨੀਵਰਸਿਟੀਆਂ, ਕੋਈ ਇੱਕ ਯੂਨੀਵਰਸਿਟੀ ਨਹੀਂ, ਉਹਨਾਂ 'ਚੋਂ ਵਿਦਵਾਨ ਜਾਣ, ਉਹ ਜਾ ਕੇ ਇਹਨਾਂ ਦੀ ਜਿਹੜੀ ਪੋਲੀਟੀਕਲ ਜਿਹੜੀ ਇਹਨਾਂ ਦੀ ਡਿਵਾਈਨ ਐਮੀਨੈਂਸ ਹੈ ਉਹਦੇ ਉੱਤੇ ਗੱਲ ਕਰਨ। ਜਿਵੇਂ ਕੀਰਤਨ ਜਿਹੜਾ ਹੈ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਕੁਲੈਕਟਿਵ ਅਨਕੋਨਸ਼ੀਅਸ ਨੂੰ ਅੱਗੇ ਲਿਜਾਉਣ ਵਾਲੀ ਕਹਾਣੀ ਹੈ ਜੀ। ਇਹਨਾਂ ਦੇ ਮਾਤਾ ਜੀ ਔਰ ਆਪ ਨਵਾਬ ਕਪੂਰ ਸਿੰਘ ਉਹਨਾਂ ਨੂੰ ਪਾਏ ਹੀ ਤਾਂ ਕਿ ਉਹਨਾਂ ਨੇ ਕੀਰਤਨ ਦੇ ਥਰੂ ਗਏ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਪੋਲਿਟੀ ਜੀ ਔਰ ਰਿਲੀਜਨ ਇਹਨਾਂ ਦੋਹਾਂ ਨੂੰ ਤੋੜ ਨਾਲ ਤੋੜ। ਬਿਲਕੁਲ ਗਰੇਵਾਲ ਸਾਹਿਬ, ਜਸਪ੍ਰੀਤ ਜੀ ਸਾਡੇ ਕੋਲ ਸਿਰਫ 2 ਮਿੰਟ ਨੇ, ਉਹਨਾਂ 'ਚੋਂ 1 ਮਿੰਟ ਦੇ ਵਿੱਚ ਤੁਸੀਂ ਜੇ ਕੋਈ ਗੱਲ ਕਹਿਣੀ ਚਾਹੋ। ਸਰ ਬਿਲਕੁਲ, ਮੈਂ ਤੁਹਾਡੇ ਸਾਰਿਆਂ ਦੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਹਾਂ। ਜਿੱਥੇ ਸਾਨੂੰ ਇਤਿਹਾਸਿਕ ਇਮਾਰਤਾਂ ਅਤੇ ਵਿਰਾਸਤਾਂ ਨੂੰ ਸਾਂਭਣ ਦੀ ਲੋੜ ਹੈ, ਉੱਥੇ ਅਸਲ ਇਤਿਹਾਸ, ਕਿਉਂਕਿ ਕਈ ਥਾਵਾਂ 'ਤੇ ਅੱਡ ਅੱਡ ਇਤਿਹਾਸ ਲੋਕਾਂ ਨੂੰ ਜਦੋਂ ਬੱਚਿਆਂ ਨੂੰ ਪਰੋਸਿਆ ਜਾਂਦਾ ਅਤੇ ਉਹ ਕਨਫਿਊਜ਼ ਹੋ ਜਾਂਦੇ ਆ। ਸਾਨੂੰ ਇੱਕ ਔਥੈਂਟਿਕ ਇਤਿਹਾਸ 300 ਸਾਲੇ 'ਤੇ ਨਵਾਬ ਸਾਹਿਬ 'ਤੇ ਇੱਕ ਜ਼ਰੂਰ ਲਿਆਉਣਾ ਚਾਹੀਦਾ। ਸਾਡਾ ਵੀ ਇਹ ਉਹਦਾ ਮੈਂ ਅਸੀਂ ਉੱਥੇ ਲੱਗੇ ਹੋਏ ਹਾਂ। ਖਾਸ ਤੌਰ 'ਤੇ ਅਸੀਂ ਸ਼ੁਕਰਗੁਜ਼ਾਰ ਹਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਬੁੱਢਾ ਦਲ ਬਾਬਾ ਬਲਬੀਰ ਸਿੰਘ ਜੀ ਉਹਨਾਂ ਦੇ ਮੁਖੀ ਦੇ ਕਿ ਉਹਨਾਂ ਨੇ ਇੱਕ ਜਿਹੜਾ 300 ਸਾਲੇ ਦਾ ਸਮਾਗਮ ਹੈ 22 ਤਰੀਕ ਨੂੰ ਲਾਹੌਰ ਆਲੋ ਤੋਂ ਆਲੋ ਪਿੰਡ ਤੋਂ ਲੈ ਕੇ ਲਾਲ ਕਿਲੇ ਦੇ ਮੈਦਾਨ ਤੱਕ ਜਿਹੜਾ ਬਣਾਉਣਾ ਉਹਦੇ ਲਈ ਉਹਨਾਂ ਦਾ ਖਾਸ ਤੌਰ 'ਤੇ ਧੰਨਵਾਦ। ਇੱਥੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜਾ ਜਿਹੜਾ ਆਲੂ ਪਿੰਡ ਹੈ ਲਾਹੌਰ ਦੇ ਨਜ਼ਦੀਕ, ਉੱਥੋਂ ਇਹ ਮਿਸਲ ਦਾ ਨਾਮ ਵੀ ਆਹਲੂਵਾਲੀਆ ਉੱਥੋਂ ਪਿਆ ਅਤੇ ਉੱਥੋਂ ਇਹ ਸ਼ੁਰੂ ਕਰ ਰਹੇ ਨੇ ਅਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲਗਾਤਾਰ ਹੁੰਦੀਆਂ ਰਹਿਣਗੀਆਂ, ਕਿਉਂਕਿ ਇਹ ਜਿਸ ਤਰ੍ਹਾਂ ਸ਼ੁਰੂ 'ਚ ਕਈ ਵਾਰੀ ਗੱਲ ਹੋ ਚੁੱਕੀ ਹੈ, ਇਹ ਇੱਕ ਬਹੁਤ ਵੱਡਾ ਇਵੈਂਟ ਹੈ। ਪਰ ਮੈਂ ਇਹ ਗੱਲ ਵੀ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ, ਕਿਉਂਕਿ ਸਾਡੇ ਕੋਲ ਹੁਣ ਇਸ ਪ੍ਰੋਗਰਾਮ 'ਚ ਸਮੇਂ ਦੀ ਸੀਮਾ, ਜ਼ਿਆਦਾ ਲੰਬੀ ਗੱਲ ਨਹੀਂ ਹੋ ਸਕਦੀ, ਲੇਕਿਨ ਇਸ ਹਾਲਾਤ ਦੇ ਵਿੱਚ ਇੱਕ ਸਵਾਲ ਜ਼ਰੂਰ ਖੜ੍ਹਾ ਹੁੰਦਾ ਕਿ ਅਸੀਂ ਇਲੈਕਟ੍ਰੋਨਿਕ ਮੀਡੀਆ ਨੂੰ ਵੀ ਵਰਤ ਸਕਦੇ ਹਾਂ? ਕੀ ਅਸੀਂ ਕੋਈ ਇਸ ਤਰ੍ਹਾਂ ਦੀ ਦਸਤਾਵੇਜ਼ੀ ਫਿਲਮ ਜਾਂ ਅਸੀਂ ਕੋਈ ਡਾਕੂਮੈਂਟਰੀ ਜਾਂ ਕੋਈ ਹੋਰ ਇਸੇ ਕਿਸਮ ਦੀ ਕੋਈ ਫਿਲਮ ਬਣਾ ਸਕਦੇ ਹਾਂ? ਔਰ ਸਾਨੂੰ ਇਸ ਪਾਸੇ ਸੋਚਣਾ ਪਏਗਾ, ਸਾਰਿਆਂ ਨੂੰ ਸੋਚਣਾ ਪਏਗਾ, ਸਾਰਿਆਂ ਬਾਰੇ ਸੋਚਣਾ ਪਏਗਾ। ਇਕੱਲੇ ਸੁਲਤਾਨੁਲ ਕੌਮ ਬਾਰੇ ਨਹੀਂ ਮੈਂ ਗੱਲ ਕਰ, ਸਾਰੇ ਸਰਦਾਰਾਂ ਬਾਰੇ ਸੋਚਣਾ ਪਏਗਾ, ਤਾਂ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹ ਇਸ ਮਾਧਿਅਮ ਨਾਲ ਜ਼ਿਆਦਾ ਜੁੜੀ ਹੈ, ਇਸ ਮਾਧਿਅਮ ਰਾਹੀਂ ਅਸੀਂ ਉਹਨਾਂ ਤੱਕ ਲੈ ਕੇ ਚੱਲੀਏ। ਹੋਰ ਗੱਲਾਂ ਵੀ ਹੁੰਦੀਆਂ ਰਹਿਣਗੀਆਂ, ਬਸ ਅੱਜ ਇੰਨਾ ਹੀ। ਸੁਲਤਾਨੁਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਬਾਰੇ ਤੁਹਾਡੇ ਕੋਲ ਜੇ ਕੋਈ ਵਿਚਾਰ ਹੈ ਤਾਂ ਤੁਸੀਂ ਸਾਨੂੰ ਜਿਹੜਾ ਭੇਜ ਸਕਦੇ ਹੋ, ਫੀਡਬੈਕ ਦੇ ਸਕਦੇ ਹੋ। ਤੁਸੀਂ ਅੱਜ ਦੇ ਚਰਚਾ ਪ੍ਰੋਗਰਾਮ 'ਚ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੁਖਦਿਆਲ ਜੀ, ਗਰੇਵਾਲ ਸਾਹਿਬ ਔਰ ਜਸਪ੍ਰੀਤ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ।